अज देश दियां उत्तर भारत दियां 18 जथेबंदियां ते SKM गैर राजनीतिक दी जड़ा से एक्शन प्रोग्राम बी नूं सांझा कीता सीगा उन्हां 7-8 मंगां ते सीगी साडी मीटिंग। उहदे चा देखो पराली वाले मसले ते बेशक उन्हां दा कहना भी मसला सुप्रीम कोर्ट चा, ठीक है जी, पर असीं उन्हां नूं कह के आए हां ते मना के आए हां भी तुसीं धक्के ना किसानां कोले जुर्माना नहीं अगराओगे, रैड एंट्रियां ते केस वापस लवोगे, ठीक है। एक तो यह गल तय हुई साडी, दूसरा हैगा भी सरकार मन्नी आ भी जबरदस्ती जिहड़े चिप वाले मीटर आ क्योंकि उस एक्ट विच ही कोई मर्जी जिदे दी मर्जी है खपतकार लवा ले, जिदी मर्जी नहीं आ ओह ना लवावे, ते धक्के ना पंजाब सरकार जबरदस्ती चिप वाले मीटर नहीं लाऊगी ते जिहड़े पहले इलैक्ट्रॉनिक्स मीटर ने उन्हां दी परचेज शुरू करेगी। इहदे नाल सड़कां वाले मसले ते काफी लंबी चौड़ी चर्चा हुई आ, सरकार इहदे ते फसी पई आ। असीं कहा भी जिहड़े पहलो तुसीं जो कुछ भी कीता किसानां नूं सही मुआवजा नहीं दिता गया, पहली तां है भी इस प्रोजेक्ट की पंजाब नूं लोड़ नहीं है, सारे शहर सारे कस्बे सारे पिंड सड़कां नाल रेल नाल जुड़े हुए आ, इह कारपोरेट दा इक मॉडल से आ। इस मॉडल विच इक तां सोध करो भी जिहड़ा इहदा हुण तरीकेकार है, इहदे नाल जदों हाड़ आउंदे आ ते हड़ां दे विच जिहड़ा कुदरती वहाव आ उह रुक जांदा वा, ਉਹ ਜਿਹੜਾ ਪਿਲਰਾਂ ਦੇ ਕੱਢ ਕੇ ਲੈ ਜਾਓ ਜਿਹਨੂੰ ਮਾਡਲ ਚੇਂਜ ਕਰੋ, ਤਾਂ ਮੰਨੇ ਪਏ ਵੀ ਜਿੱਥੇ ਕੁਦਰਤੀ ਵਹਾਵ ਆ ਉੱਥੇ ਨਿਕਾਸੀਆਂ ਦਿੱਤੀਆਂ ਜਾਣਗੀਆਂ। ਸੈਕੰਡਲੀ ਇਹਦੇ ਵਿੱਚ ਹੈਗਾ ਵੀ ਕਿਸਾਨ ਨੂੰ ਸਹੀ ਮੁਆਵਜ਼ਾ ਦੇ ਕੇ ਜਿਹੜੇ ਆਰਬਿਟ੍ਰੇਸ਼ਨ 'ਚ ਜਿੰਨੇ ਕੇਸ ਪਏ ਆ ਉਹਨਾਂ ਦਾ ਤੁਰੰਤ ਨਿਪਟਾਰਾ ਹੋਊਗਾ, ਨਿਪਟਾਰੇ ਤੋਂ 3 ਮਹੀਨੇ ਆ ਜੋ ਉਹਨਾਂ ਨੇ ਮੰਨੇ ਜੀ, ਹੁਣ ਦੇਖੋ ਅਗਲੇ ਕਿਹੜੇ ਮੰਨਦੇ ਆ। ਤਾਂ ਉਦੋਂ ਤੱਕ ਅਸੀਂ ਕਿਹਾ ਵੀ ਕਿਤੇ ਵੀ ਜ਼ਬਰਦਸਤੀ ਫੋਰਸ ਨਾ ਭੇਜੋ ਜਿਹੜੇ ਤੁਸੀਂ ਮੰਨ ਕੇ, ਤਾਂ ਜਦੋਂ ਨਿਪਟਾਰਾ ਕਰ ਲਓਗੇ ਕਿਸਾਨ ਨੂੰ ਖੁਸ਼ ਕਰ ਦੋਗੇ ਉਹਦਾ ਮੁਆਵਜ਼ਾ ਦੇ ਦੋਗੇ, ਤੁਸੀਂ ਜ਼ਮੀਨ 'ਤੇ ਕਬਜ਼ਾ ਕਰਨ ਆ ਜਾਓ। ਇੱਕ ਤਾਂ ਆਹ ਸਾਡੀ ਤੈਅ ਹੋਈ ਆ। ਨਸ਼ਿਆਂ ਤੇ ਦੇਖੋ ਕੋਈ ਜਵਾਬ ਨਹੀਂ ਜੀ ਹੈ, ਅਸੀਂ ਲਿਖ ਕੇ ਖੜਿਆ ਸੀ ਵੀ ਤੁਸੀਂ ਸਾਡੀ ਪਰਾਲੀ ਤੇ ਤਾਂ ਤੈਅ ਕਰ ਲਿਆ SHO ਜ਼ਿੰਮੇਵਾਰ ਆ, ਤਾਂ ਤੁਸੀਂ ਨਸ਼ਿਆਂ ਤੇ ਇਹ ਤੈਅ ਕਰੋ ਵੀ ਜਦੋਂ ਕੋਈ ਨੌਜਵਾਨ ਮਰ ਜਾਂਦਾ SHO SSP ਜਾਂ MLA ਜ਼ਿੰਮੇਵਾਰ ਹੋਵੇ, ਨਾ ਨਸ਼ਿਆਂ ਤੇ ਕੋਈ ਜਵਾਬ ਨਹੀਂ ਸੀ। ਸਾਫ਼ ਕਿਹਾ ਵੀ ਤੁਹਾਡੀ ਸਰਕਾਰ ਦੇ ਵਿੱਚ ਨਸ਼ਾ ਵਧਿਆ ਵਾ, ਵੱਧ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ, ਪੰਜਾਬ ਸਰਕਾਰ ਜ਼ਿੰਮੇਵਾਰ ਆ। ਬਸ ਉਹਨਾਂ ਕਿਹਾ ਵੀ ਤੁਸੀਂ ਥੋੜੇ ਦਿਨ ਵੇਟ ਕਰ ਲਓ, ਅਸੀਂ ਇਹਨੂੰ ਜਲਦੀ ਮੁਕਾ ਦਾਂਗੇ, ਜਿਹਦੀ ਸਾਨੂੰ ਬਾਹਲੀ ਆਸ ਨਹੀਂ ਹੈ, ਪਰ ਅਸੀਂ ਗੱਲ ਰੱਖ ਕੇ ਇਸ ਤਰੀਕੇ ਨਾਲ ਆਏ ਹਾਂ। ਨਾ ਕਹਿ ਲਓ ਸੰਤੁਸ਼ਟ ਵਾਲੀ ਤਾਂ ਗੱਲ ਨਹੀਂ, ਹੋਰ ਵੀ ਇੱਕ ਦੋ ਸੁਣ ਲਓ, ਠੀਕ ਹੈ ਜੀ। ਤਾਂ ਬਾਕੀ ਗੰਨੇ ਵਾਲੇ ਤੇ ਡਿਸਕਸ ਅੱਡ ਚੱਲਣੀ ਆ, ਉੱਤੇ ਵੀ ਸਰਕਾਰ ਨੂੰ ਅਸੀਂ ਕਹਿ ਕੇ ਵੀ ਅੱਗੇ ਤੋਂ ਸਾਨੂੰ ਸਮੇਂ ਸਿਰ ਪੇਮੈਂਟ ਮਿਲ ਜਾਵੇ, ਉਹ ਮੰਨੇ ਹੈਗੇ ਆ ਵੀ ਸਮੇਂ ਸਿਰ ਅਸੀਂ ਪੇਮੈਂਟ ਕਰਾਂਗੇ। ਦੂਸਰਾ ਹੈਗਾ ਵੀ ਯੂਰੀਆ ਦੀ ਕਿੱਲਤ ਬਹੁਤ ਆ ਰਹੀ ਹੈ, ਇਸ ਵੇਲੇ ਬਲੈਕ ਮਿਲ ਰਹੀ ਆ, ਉਹ ਰੱਖ ਕੇ ਆਏ ਵੀ ਥੋੜਾ ਛੋਟਾ ਜਿਹਾ ਮਸਲਾ ਵਾ, ਮੰਨੇ ਪਏ ਵੀ ਇਹ ਅਸੀਂ ਕੋਸ਼ਿਸ਼ ਕਰਦੇ ਬਲੈਕ ਨਾ ਹੋਵੇ। ਸ਼ਹੀਦ ਜਿੰਨੇ ਦਿੱਲੀ ਅੰਦੋਲਨ ਚ ਹੋਏ ਆ, ਪੰਜਾਬ ਦੇ ਅੰਦੋਲਨ ਚ ਹੋਇਆ, ਉਹਨਾਂ ਦੀਆਂ ਨੌਕਰੀਆਂ ਤੇ ਮੁਆਵਜ਼ਾ ਅੜਿਆ ਹੋਇਆ, ਉਹ ਵੀ ਮੰਨ ਕੇ ਗਏ ਆ ਵੀ ਹੋ ਗਿਆ। ਦੇਖੋ ਜੇ ਤੁਸੀਂ ਗੱਲ ਕਰਦੇ ਹੋ, ਪੰਜਾਬ ਸਰਕਾਰ ਸਾਡੇ ਨਾਲ ਬਹੁਤ ਵਾਰੀ ਬਹੁਤ ਥਾਵਾਂ ਤੇ ਗੱਲਾਂ ਮੰਨ ਚੁੱਕੀ ਆ, ਹੁਣ ਸਵਾਲ ਆ ਵੀ ਜੋ ਸਰਕਾਰ ਮੰਨ ਚੁੱਕੀ ਆ ਉਹ ਆਉਣ ਵਾਲੇ ਸਮੇਂ ਵਿੱਚ ਲਾਗੂ ਕਰ ਦੇਵੇ ਤਾਂ ਠੀਕ ਸਮਝਾਂਗੇ, ਨਹੀਂ ਤਾਂ ਫਿਰ ਅੰਦੋਲਨ ਤਾਂ ਜਾਰੀ ਰਹਿਣਗੇ। ਔਰ ਇੱਕ ਜਿਹੜੀ ਮੈਂ ਤੁਹਾਨੂੰ ਬਾਤਕਾਰਾਂ ਤੇ ਉਹਨਾਂ ਨੇ ਸਾਫ਼ ਕਹਿਤਾ ਵੀ ਅਸੀਂ ਇਹਦੇ ਤੇ ਕੋਈ ਐਕਟ ਬਾਤਕਾਰਾਂ ਦਾ ਜੁਮਲਾ ਮੁਸਤਰਕਾ ਮਾਲਕਾਂ ਤੇ ਜਾਂ ਜਿਹੜਾ ਕੈਪਟਨ ਨੇ 2007 ਮਾਲਕੀਆ ਦਿੱਤੇ ਸੁਪਰੀਮ ਕੋਰਟ ਚੋਂ ਕੇਸ ਹਾਰ ਗਈ ਸਰਕਾਰ, ਉਹਨਾਂ ਤੇ ਸਪੈਸ਼ਲ ਐਕਟ ਲਿਆ ਕੇ ਮਸਲੇ ਹੱਲ ਕਰਾਂਗੇ। ਇੱਕ ਮੈਂ ਤੁਹਾਨੂੰ ਦੱਸਣ ਬੇਨਤੀ ਕਰਨਾ ਚਾਹਾਂਗਾ ਵੀ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਜਥੇਬੰਦੀਆਂ ਚਾਹੇ ਪੰਜਾਬ ਦੀਆਂ ਹੋਣ ਦੇਸ਼ ਦੀਆਂ ਹੋਣ, ਇਹ ਦੋ ਵੱਡੇ ਪਲੇਟਫਾਰਮ ਇਕੱਠੇ ਹੋ ਰਹੇ ਆ, ਅਸੀਂ ਚਾਹਾਂਗੇ ਇੱਕ ਵੱਡਾ ਅੰਦੋਲਨ ਕੇਂਦਰ ਦੇ ਖਿਲਾਫ ਸ਼ੁਰੂ ਹੋਵੇ, ਔਰ ਤੁਹਾਨੂੰ ਇਹਦੀ ਆਉਣ ਵਾਲੇ ਸਮੇਂ 'ਚ ਜ਼ਰੂਰ ਜਾਣਕਾਰੀ ਦਾਂਗੇ। ਸਾਡੀਆਂ ਕੋਸ਼ਿਸ਼ਾਂ ਵਾ ਜਿਹੜਾ ਅਸੀਂ ਤੁਹਾਨੂੰ ਸਪੈਸ਼ਲ ਦੱਸਣਾ ਚਾਹੁੰਦੇ ਸੀ। ਗੰਨੇ ਦੀ ਕੀਮਤ ਸੇ ਆਪ ਸੰਤੁਸ਼ਟ ਨਹੀਂ ਤੇ? ਬਿਲਕੁਲ ਸੰਤੁਸ਼ਟ ਨਹੀਂ ਹੈ ਗੰਨੇ ਕੀ ਕੀਮਤ ਸੇ, ਗੰਨੇ ਕੀ ਕੀਮਤ ਬਹੁਤ ਕਮ ਹੈ, ਕੇਂਦਰ ਵੀ ਹਮਾਰੇ ਸਾਥ ਸ਼ਲਾਬਾ ਕਰ ਰਹੀ ਹੈ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਉਸਕਾ ਹਮੇ ਜੋ ਮੁਆਵਜ਼ਾ ਹੈ ਉਹ ਜੋ ਹਮਾਰਾ ਲਾਗਤ ਖਰਚਾ ਉਸ ਹਿਸਾਬ ਸੇ ਵੀ ਨਹੀਂ ਮਿਲ ਰਹਾ। ਸਰਕਾਰ ਕਾ ਤਰਕ ਹੈ ਕਿ ਦੂਸਰੇ ਜੋ ਰਾਜ ਹੈ ਉਹ ਉਨਕੇ ਮੁਕਾਬਲੇ ਹਮ ਜ਼ਿਆਦਾ ਦੇ ਰਹੇ ਹੈ। ਬਿਲਕੁਲ, ਦੇਖੇ ਦੂਸਰਾ ਤਰਕ ਯਹਾਂ ਵੀ ਪੰਜਾਬ ਮੇ ਯਹ ਸਰਕਾਰ ਕੀ ਰਿਪੋਰਟ ਮੇ ਸਬਸੇ ਜ਼ਿਆਦਾ ਲਾਗਤ ਖਰਚਾ ਆਤਾ ਹੈ, ਪੰਜਾਬ ਮੇ ਫਰਟੀਲਾਈਜ਼ਰ ਬੀਜ ਖੇਤੀ ਮਸ਼ੀਨਰੀ ਲੇਬਰ ਸਬਸੇ ਜ਼ਿਆਦਾ ਮਹਿੰਗੀ ਹੈ, ਤੋ ਹਮਾਰਾ ਖਰਚਾ ਵੀ ਸਬਸੇ ਜ਼ਿਆਦਾ ਆ ਰਹਾ।